बोले सोनिहाल शहादत। जदों ये लाशां रुलन गियां ते इन्हां नूं जंगली जानवर नोच के खाणगे तां मैनूं तसल्ली मिलेगी। ਇਹ ਧਨ ਦੌਲਤ ਮੇਰੇ ਕਿਸ ਕੰਮ ਦੇ ਜਦ ਮੇਰੇ ਗੁਰੂ ਦੇ ਲਾਲਾਂ ਤੇ ਉਹਨਾਂ ਦੀ ਮਾਂ ਉਹਨਾਂ ਦੀਆਂ ਦੇਹਾਂ ਇਸ ਤਰ੍ਹਾਂ ਰੁਲਦੀਆਂ ਹੋਣ ਤਾਂ ਮੈਂ ਇਹਨਾਂ ਪੈਸਿਆਂ ਦਾ ਕੀ ਕਰਨਾ ਹੈ। ਭਾਈ ਮੋਤੀ ਰਾਮ ਮਹਿਰਾ ਜੀ ਦੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਪੈਰਾਂ ਵਾਲੇ ਪਾਸਿਓਂ ਕੋਲੂ ਦੇ ਵਿੱਚ ਪਾਇਆ ਗਿਆ ਤੇ ਕੋਲੂ ਨੂੰ ਗੇੜਨਾ ਸ਼ੁਰੂ ਕੀਤਾ। ਸਫ਼ਰ ਸ਼ਹਾਦਤ। ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਫ਼ਰੇ ਸ਼ਹਾਦਤ, ਜਿਸ ਦੇ ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਈ ਕਿ ਕਾਜ਼ੀ ਵੱਲੋਂ ਧਰਮ ਦੇ ਕਿਸ ਸਿਧਾਂਤ ਦੇ ਤਹਿਤ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਫਤਵਾ ਸੁਣਾਇਆ ਗਿਆ, ਕਿਸ ਤਰ੍ਹਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਸ਼ਹੀਦ ਹੋਏ। ਸਫ਼ਰੇ ਸ਼ਹਾਦਤ ਦੇ ਅੱਜ ਦੇ ਪ੍ਰਕਰਨ ਦੇ ਵਿੱਚ ਅਸੀਂ ਸਾਂਝ ਪਾਵਾਂਗੇ ਕਿ ਸ਼ਹੀਦ ਕਰਨ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਪਾਵਨ ਦੇਹਾਂ ਦਾ ਕੀ ਕੀਤਾ ਗਿਆ। ਦੀਵਾਨ ਟੋਡਰ ਮੱਲ ਨੇ ਇਹਨਾਂ ਦੇਹਾਂ ਦਾ ਕਿਵੇਂ ਸੰਸਕਾਰ ਕੀਤਾ ਤੇ ਭਾਈ ਮੋਤੀ ਰਾਮ ਮਹਿਰਾ ਜੀ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦਾ ਨੇਕ ਕੰਮ ਕਰਨ ਦੇ ਖਾਤਰ ਵਜ਼ੀਰ ਖਾਂ ਵੱਲੋਂ ਕੀ ਸਜ਼ਾ ਦਿੱਤੀ ਗਈ। ਅਸੀਂ ਹੁਣ ਤੱਕ ਇਤਿਹਾਸ ਦੀ ਸਾਂਝ ਪਾ ਚੁੱਕੇ ਹਾਂ ਕਿ ਦੋਵੇਂ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਜਾਮੇ ਸ਼ਹਾਦਤ ਪੀ ਗਏ ਨੇ। ਸ਼ਹੀਦ ਕਰਨ ਤੋਂ ਬਾਅਦ ਇਹਨਾਂ ਤਿੰਨਾਂ ਦੇ ਪਵਿੱਤਰ ਪਾਵਨ ਦੇਹਾਂ ਨੂੰ ਵਜ਼ੀਰ ਖਾਨ ਦੇ ਹੁਕਮ ਤੇ ਠੰਡੇ ਬੁਰਜ ਤੇ ਵਜ਼ੀਰ ਖਾਨ ਦੇ ਦਰਬਾਰ ਦੇ ਪਿੱਛੇ ਵਹਿੰਦੀ ਹੰਸਲਾ ਨਦੀ ਦੇ ਕਿਨਾਰੇ ਸੁੱਟ ਦਿੱਤਾ ਗਿਆ। ਵਜ਼ੀਰ ਖਾਨ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਕੇ ਤਸੱਲੀ ਨਹੀਂ ਸੀ ਮਿਲੀ। ਉਹ ਆਪਣੀ ਹਾਰ ਨੂੰ ਝੱਲ ਨਹੀਂ ਪਾ ਰਿਹਾ ਸੀ ਕਿ ਉਹ ਛੋਟੇ ਛੋਟੇ ਬੱਚਿਆਂ ਤੋਂ ਇਸਲਾਮ ਕਬੂਲ ਨਹੀਂ ਕਰਵਾ ਸਕਿਆ। ਇਸ ਲਈ ਵਜ਼ੀਰ ਖਾਨ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਹਨਾਂ ਤਿੰਨਾਂ ਦੀਆਂ ਦੇਹਾਂ ਨੂੰ ਹੰਸਲਾ ਨਦੀ ਦੇ ਪਾਰ ਜੋ ਜੰਗਲ ਪੈਂਦਾ ਏ ਉੱਥੇ ਸੁੱਟ ਦਿੱਤਾ ਜਾਵੇ। ਜੰਗਲ ਦੇ ਜਾਨਵਰ ਇਹਨਾਂ ਤਿੰਨਾਂ ਦੀਆਂ ਦੇਹਾਂ ਨੂੰ ਨੋਚ ਨੋਚ ਕੇ ਖਾ ਜਾਣਗੇ। ਜਦੋਂ ਇਹ ਲਾਸ਼ਾਂ ਰੁਲਣਗੀਆਂ ਤੇ ਇਹਨਾਂ ਨੂੰ ਜੰਗਲੀ ਜਾਨਵਰ ਨੋਚ ਕੇ ਖਾਣਗੇ ਤਾਂ ਮੈਨੂੰ ਤਸੱਲੀ ਮਿਲੇਗੀ। ਵਜ਼ੀਰ ਖਾਨ ਸਰਹੰਦ ਦੇ ਲੋਕਾਂ ਦੇ ਵਿੱਚ ਡਰ ਪੈਦਾ ਕਰਨਾ ਚਾਹੁੰਦਾ ਸੀ ਤੇ ਦੱਸਣਾ ਚਾਹੁੰਦਾ ਸੀ ਕਿ ਹਕੂਮਤ ਦੇ ਬਾਗੀ ਹੋਣ ਦਾ ਨਤੀਜਾ ਕੀ ਹੁੰਦਾ। ਪਰ ਵਜ਼ੀਰ ਖਾਨ ਦੀ ਇਹ ਮਨਸਾ ਪੂਰੀ ਨਹੀਂ ਹੋਈ। ਜਦੋਂ ਤਿੰਨੋਂ ਦੇਹਾਂ ਨੂੰ ਸਿਪਾਹੀਆਂ ਵੱਲੋਂ ਜੰਗਲ ਵਿੱਚ ਸੁੱਟਿਆ ਗਿਆ ਤਾਂ ਇੱਕ ਬੱਬਰ ਸ਼ੇਰ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਇਹਨਾਂ ਦੇਹਾਂ ਦੀ ਜੰਗਲੀ ਜਾਨਵਰਾਂ ਤੋਂ ਤਕਰੀਬਨ 48 ਘੰਟੇ ਰੱਖਿਆ ਕੀਤੀ। ਕਿਸੇ ਵੀ ਜਾਨਵਰ ਨੂੰ ਇਹਨਾਂ ਦੇਹਾਂ ਦੀ ਬੇਅਦਬੀ ਨਹੀਂ ਕਰਨ ਦਿੱਤੀ। ਇੱਧਰ ਸਰਹੰਦ ਦੇ ਵਿੱਚ ਇੱਕ ਗੁਰੂ ਘਰ ਦਾ ਸ਼ਰਧਾਲੂ ਟੋਡਰ ਮੱਲ ਰਹਿੰਦਾ ਸੀ ਜੋ ਕਿ ਇੱਕ ਬਹੁਤ ਵੱਡਾ ਵਪਾਰੀ ਸੀ ਤੇ ਸ਼ਹਿਰ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਸੀ। ਉਹ ਇੱਕ ਧਰਮੀ ਇਨਸਾਨ ਸੀ। ਹਕੂਮਤ ਵੱਲੋਂ ਉਸਨੂੰ ਦੀਵਾਨ ਦਾ ਖਿਤਾਬ ਵੀ ਮਿਲਿਆ ਹੋਇਆ ਸੀ। ਸਰਹੰਦ ਦੇ ਵਿੱਚ ਹੀ ਉਸਦੀ ਇੱਕ ਬਹੁਤ ਵੱਡੀ ਹਵੇਲੀ ਸੀ ਜੋ ਕਿ ਜਹਾਜ਼ ਦੇ ਆਕਾਰ ਦੀ ਸੀ, ਜਿਸ ਕਰਕੇ ਉਸਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਸੀ। ਜਿਸ ਸਮੇਂ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਕੈਦ ਕਰਕੇ ਸਰਹੰਦ ਲਿਆਇਆ ਗਿਆ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਸ ਸਮੇਂ ਇਹ ਸਰਹੰਦ ਵਿੱਚ ਨਹੀਂ ਸੀ, ਵਪਾਰ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਗਿਆ ਹੋਇਆ ਸੀ। ਦੀਵਾਨ ਟੋਡਰ ਮੱਲ ਨੂੰ ਜਦੋਂ ਪਤਾ ਚੱਲਿਆ
ਕਿ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਸਰਹੰਦ ਲਿਆਇਆ ਗਿਆ ਤਾਂ ਉਹ ਤੁਰੰਤ ਸਰਹੰਦ ਆਇਆ ਤੇ ਜਦੋਂ ਉਸਨੂੰ ਪਤਾ ਲੱਗਾ ਕਿ ਵਜ਼ੀਰ ਖਾਨ ਵੱਲੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਨੀਚ ਕੰਮ ਕਰ ਦਿੱਤਾ ਗਿਆ ਤਾਂ ਉਹ ਭੁੱਬਾ ਮਾਰ ਮਾਰ ਕੇ ਰੋਣ ਲੱਗਿਆ ਤੇ ਸੋਚਿਆ ਕਿ ਇਹ ਧਨ ਦੌਲਤ ਮੇਰੇ ਕਿਸ ਕੰਮ ਦੇ ਜਦ ਮੇਰੇ ਗੁਰੂ ਦੇ ਲਾਲਾਂ ਤੇ ਉਹਨਾਂ ਦੀ ਮਾਂ ਉਹਨਾਂ ਦੀਆਂ ਦੇਹਾਂ ਇਸ ਤਰ੍ਹਾਂ ਰੁਲਦੀਆਂ ਹੋਣ ਤਾਂ ਮੈਂ ਇਹਨਾਂ ਪੈਸਿਆਂ ਦਾ ਕੀ ਕਰਨਾ ਹੈ। ਦੀਵਾਨ ਟੋਡਰ ਮਲਜ ਦਾ ਪਰਿਵਾਰਕ ਪਛੋਕੜ ਭਵਾਨੀਗੜ੍ਹ ਦੇ ਨਜ਼ਦੀਕ ਪਿੰਡ ਆਲੋਵਾਲ ਦਾ ਦੱਸਿਆ ਜਾਂਦਾ ਹੈ। ਦੀਵਾਨ ਟੋਡਰ ਮਲਜ ਦੇ 4 ਪੀੜ੍ਹੀਆਂ ਪਹਿਲਾਂ ਜੋ ਬਜ਼ੁਰਗ ਸੀ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਸੇਵਕ ਸੀ। ਉਸ ਸਮੇਂ ਇਹ ਪਰਿਵਾਰ ਬਹੁਤ ਹੀ ਗਰੀਬ ਸੀ। ਗੁਰੂ ਰਾਮਦਾਸ ਪਾਤਸ਼ਾਹ ਨੇ ਇਹਨਾਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਦੇਖਿਆ ਤੇ ਵਰ ਦਿੱਤਾ ਸੀ ਕਿ ਅੱਜ ਤਾਂ ਤੁਸੀਂ ਗਰੀਬ ਹੋ ਪਰ ਇੱਕ ਸਮਾਂ ਐਸਾ ਆਏਗਾ ਕਿ ਤੁਹਾਡੀ ਗਿਣਤੀ ਬਹੁਤ ਹੀ ਧਨਾੜ ਲੋਕਾਂ ਦੇ ਵਿੱਚ ਕੀਤੀ ਜਾਏਗੀ ਤੇ ਤੁਹਾਡੀਆਂ ਪੁਸ਼ਤਾਂ ਬਹੁਤ ਹੀ ਅਮੀਰ ਹੋਣਗੀਆਂ। ਤੇ ਅਜਿਹਾ ਹੋਇਆ ਵੀ। ਕੁਝ ਸਮੇਂ ਬਾਅਦ ਹੀ ਇਹਨਾਂ ਦੇ ਘਰ ਦੀ ਗਰੀਬੀ ਚੱਕੀ ਗਈ ਤੇ ਵਪਾਰ ਕਰਨ ਦੇ ਕਰਕੇ ਇਹ ਬਹੁਤ ਅਮੀਰ ਹੋ ਗਏ। ਇਸ ਲਈ ਦੀਵਾਨ ਟੋਡਰ ਮਲਜ ਦਾ ਪਰਿਵਾਰ ਪੁਸ਼ਤਾਂ ਤੋਂ ਹੀ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਅੱਜ ਇਸ ਪਰਿਵਾਰ ਕੋਲ ਜੋ ਕੁਝ ਵੀ ਧਨ ਦੌਲਤ ਤੇ ਸ਼ੋਹਰਤ ਸੀ ਉਸਨੂੰ ਗੁਰੂ ਸਾਹਿਬ ਦੀ ਹੀ ਦੇਣ ਮੰਨਦਾ ਸੀ। ਦੀਵਾਨ ਟੋਡਰ ਮਲ ਜਾਣਦਾ ਸੀ ਕਿ ਵਜ਼ੀਰ ਖਾਂ ਇੱਕ ਲਾਲਚੀ ਇਨਸਾਨ ਹੈ। ਟੋਡਰ ਮਲ ਜੀ ਨੇ ਸੋਚਿਆ ਕਿ ਬੇਸ਼ੱਕ ਮੈਨੂੰ ਆਪਣਾ ਸਾਰਾ ਧਨ ਹੀ ਕਿਉਂ ਨਾ ਖੋਣਾ ਪਵੇ ਪਰ ਮੈਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਇਹਨਾਂ ਦੇਹਾਂ ਨੂੰ ਰੁਲਣ ਨਹੀਂ ਦੇਵਾਂਗਾ ਤੇ ਇਹਨਾਂ ਦਾ ਸੰਸਕਾਰ ਕਰਾਂਗਾ। ਦੀਵਾਨ ਟੋਡਰ ਮਲ ਜੀ ਵਜ਼ੀਰ ਖਾਂ ਕੋਲ ਗਏ ਤੇ ਉਹਨਾਂ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਪਾਵਨ ਦੇਹਾਂ ਦੇ ਸੰਸਕਾਰ ਦੀ ਆਪਣੀ ਇੱਛਾ ਪ੍ਰਗਟ ਕੀਤੀ। ਪਹਿਲਾਂ ਤਾਂ ਵਜ਼ੀਰ ਖਾਂ ਨਾ ਮੰਨਿਆ ਪਰ ਜਦੋਂ ਟੋਡਰ ਮਲ ਜੀ ਵੱਲੋਂ ਜ਼ੋਰ ਪਾਇਆ ਗਿਆ ਤਾਂ ਵਜ਼ੀਰ ਖਾਂ ਦੀਵਾਨ ਟੋਡਰ ਮਲ ਜੀ ਦੇ ਸਰਹੰਦ ਦਾ ਧਨਾੜ ਵਿਅਕਤੀ ਹੋਣ ਕਰਕੇ ਇੱਕ ਸ਼ਰਤ ਉੱਤੇ ਸੰਸਕਾਰ ਕਰਨ ਲਈ ਮੰਨ ਗਿਆ ਕਿ ਜਿਸ ਜਗ੍ਹਾ ਤੇ ਤੁਸੀਂ ਸੰਸਕਾਰ ਕਰੋਗੇ ਉਹ ਜਗ੍ਹਾ ਤੁਹਾਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦਣੀ ਪਏਗੀ। ਟੋਡਰ ਮਲ ਜੀ ਨੇ ਵਜ਼ੀਰ ਖਾਂ ਦੀ ਇਹ ਸ਼ਰਤ ਮੰਨ ਲਈ। ਟੋਡਰ ਮਲ ਜੀ ਦਾ ਇੱਕ ਭਰਾ ਨਾਗਰ ਮਲ ਵੀ ਸੀ। ਉਸਨੇ ਵੀ ਦੀਵਾਨ ਟੋਡਰ ਮਲ ਜੀ ਦਾ ਇਸ ਮਹਾਨ ਕਾਰਜ ਦੇ ਵਿੱਚ ਪੂਰਾ ਸਾਥ ਦਿੱਤਾ। ਉਹਨਾਂ ਦੇ ਕੋਲ ਆਪਣੀ ਪੁਸ਼ਤਾਂ ਦੀ ਜਿੰਨੀ ਵੀ ਜਮ੍ਹਾਂ ਪੂੰਜੀ ਸੀ ਉਹ ਸਾਰੀ ਇਸ ਮਹਾਨ ਕਾਰਜ ਦੇ ਵਿੱਚ ਲਗਾ ਦਿੱਤੀ ਤੇ ਆਪਣੀ ਜ਼ਮੀਨ ਜਾਇਦਾਦ ਗਹਿਣੇ ਤੇ ਹੋਰ ਕੀਮਤੀ ਸਮਾਨ ਵੇਚ ਕੇ ਜਿੰਨੀਆਂ ਵੀ ਵੱਧ ਤੋਂ ਵੱਧ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਗਈਆਂ ਉਹਨਾਂ ਨੇ ਉਹ ਕੀਤੀਆਂ। ਸਰਹੰਦ ਦੇ ਵਿੱਚ ਟੋਡਰ ਮਲ ਦੇ ਸੈਂਕੜੇ ਹੀ ਏਕੜ ਦੇ ਵਿੱਚ ਫਲਾਂ ਦੇ ਬਾਗ ਸੀ। ਉਹਨਾਂ ਵੱਲੋਂ ਆਪਣੇ ਇਹ ਬਾਗ ਵੀ ਵੇਚ ਦਿੱਤੇ ਗਏ। ਟੋਡਰ ਮਲ ਜੀ ਨੇ ਜਗ੍ਹਾ ਨਿਯਤ ਕੀਤੀ ਜਿਸ ਜਗ੍ਹਾ ਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨਾ ਸੀ। ਟੋਡਰ ਮਲ ਜੀ ਆਪਣੇ ਪਰਿਵਾਰ ਦੇ ਨਾਲ ਉਸ ਜਗ੍ਹਾ ਤੇ ਪਹੁੰਚ ਗਏ ਜੋ ਜਗ੍ਹਾ ਸੰਸਕਾਰ ਲਈ ਵਜ਼ੀਰ ਖਾਂ ਕੋਲੋਂ ਖਰੀਦਣੀ ਸੀ। ਵਜ਼ੀਰ ਖਾਂ ਵੀ ਉਸ ਜਗ੍ਹਾ ਤੇ ਸੁੱਚਾ ਆਨੰਦ ਦੇ ਨਾਲ ਆ ਗਿਆ ਸੀ। ਟੋਡਰ ਮਲ ਜੀ ਨੇ ਮੋਹਰਾਂ ਵਿਛਾਣੀਆਂ ਸ਼ੁਰੂ ਕੀਤੀਆਂ। ਹਾਲੇ ਕੁਝ ਹੀ ਜਗ੍ਹਾ ਤੇ ਮੋਹਰਾਂ ਵਿਛਾਈਆਂ ਸੀ ਕਿ ਵਜ਼ੀਰ ਖਾਂ ਨੇ ਟੋਡਰ ਮਲ ਨੂੰ ਰੋਕਿਆ ਤੇ ਕਿਹਾ ਕਿ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦਣ ਦੀ ਗੱਲ ਹੋਈ ਆ ਕਿਉਂਕਿ ਮੋਹਰਾਂ ਨੂੰ ਦੇਖ ਕੇ ਵਜ਼ੀਰ ਖਾਂ ਨੂੰ ਲਾਲਚ ਆ ਗਿਆ ਸੀ। ਨਾਲੇ ਵਜ਼ੀਰ ਖਾਂ ਨੂੰ ਇਹ ਵੀ ਸੀ ਕਿ ਜੇ ਇਹ ਮੋਹਰਾਂ ਖੜੀਆਂ ਕਰਕੇ ਜ਼ਮੀਨ ਨਾ ਖਰੀਦ ਸਕਿਆ ਤਾਂ ਸਾਹਿਬਜ਼ਾਦੇ ਦੀਆਂ ਲਾਸ਼ਾਂ ਇਸੇ ਤਰ੍ਹਾਂ ਰੁਲਦੀਆਂ ਰਹਿਣਗੀਆਂ। ਪਰ ਦੀਵਾਨ ਟੋਡਰ ਮਲ ਜੀ ਨੇ ਵਜ਼ੀਰ ਖਾਂ ਦੀ ਇਹ ਗੱਲ ਵੀ ਮੰਨ ਲਈ ਤੇ ਜ਼ਮੀਨ ਤੇ ਮੋਹਰਾਂ ਖੜੀਆਂ ਕਰਨ ਲੱਗੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਤਕਰੀਬਨ 78,000 ਸੋਨੇ ਦੀਆਂ ਮੋਹਰਾਂ ਉਸ ਦਿਨ ਖੜੀਆਂ ਕੀਤੀਆਂ ਗਈਆਂ। ਉਸ ਸਮੇਂ ਇੱਕ ਮੋਹਰ ਦਾ ਵਜ਼ਨ ਤਕਰੀਬਨ 10 ਗ੍ਰਾਮ ਹੁੰਦਾ ਸੀ।
ਜਿਸ ਹਿਸਾਬ ਨਾਲ ਇਹ ਕੁੱਲ 780 ਕਿਲੋ ਸੋਨਾ ਬਣਦਾ, ਇਸ ਦੀ ਅੱਜ ਦੇ ਹਿਸਾਬ ਦੇ ਨਾਲ ਕੀਮਤ ਅਰਬਾਂ ਦੇ ਵਿੱਚ ਹੈ। ਜ਼ਮੀਨ ਦਾ ਗੱਜ ਸਵਾ ਗੱਜ ਦਾ ਟੁਕੜਾ ਖਰੀਦਣ ਦੇ ਲਈ ਦੀਵਾਨ ਟੋਡਰਮੱਲ ਵੱਲੋਂ ਇੰਨੀ ਭਾਰੀ ਕੀਮਤ ਤਾਰੀ ਗਈ। ਇਹ ਜ਼ਮੀਨ ਦੁਨੀਆ ਦੇ ਇਤਿਹਾਸ ਦੀ ਅੱਜ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ। ਨਾ ਇਸ ਜ਼ਮੀਨ ਤੋਂ ਮਹਿੰਗੀ ਜ਼ਮੀਨ ਅੱਜ ਤੱਕ ਹੋਈ ਹੈ ਤੇ ਨਾ ਹੀ ਇਸ ਤੋਂ ਮਹਿੰਗੀ ਜ਼ਮੀਨ ਭਵਿੱਖ ਵਿੱਚ ਕਦੇ ਹੋਏਗੀ। ਇਹ ਹੈ ਗੁਰੂ ਘਰ ਦੇ ਸੇਵਕ ਦਾ ਆਪਣੇ ਗੁਰੂ ਦੇ ਨਾਲ ਪਿਆਰ ਤੇ ਸ਼ਰਧਾ। ਸਿੱਖ ਇਤਿਹਾਸ ਦੇ ਵਿੱਚ ਇਹ ਜਗ੍ਹਾ ਸਿਰਫ ਇਸ ਕਰਕੇ ਹੀ ਨਹੀਂ ਮਾਨਤਾ ਰੱਖਦੀ, ਇਹ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ, ਬਲਕਿ ਇਸ ਕਰਕੇ ਵੀ ਮਾਨਤਾ ਰੱਖਦੀ ਹੈ ਕਿ ਇਸ ਜਗ੍ਹਾ ਤੇ ਦੋ ਜਹਾਨ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਹੋਇਆ। ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਵਜ਼ੀਰ ਖਾਂ ਕੋਲੋਂ ਜਗ੍ਹਾ ਖਰੀਦਣ ਤੋਂ ਬਾਅਦ ਦੀਵਾਨ ਟੋਡਰਮੱਲ ਜੀ ਆਪਣੇ ਭਰਾ ਨਾਗਰਮੱਲ ਤੇ ਪਰਿਵਾਰ ਨੂੰ ਨਾਲ ਲੈ ਕੇ ਹੰਸਲਾ ਨਦੀ ਦੇ ਕਿਨਾਰੇ ਜੰਗਲ 'ਚ ਪਹੁੰਚੇ, ਜਿਸ ਜਗ੍ਹਾ ਤੇ ਵਜ਼ੀਰ ਖਾਂ ਵੱਲੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਦੇਹਾਂ ਨੂੰ ਸੁਟਵਾਇਆ ਗਿਆ ਸੀ। ਪਰ ਹਾਲੇ ਤੱਕ ਵੀ ਇਹ ਦੇਹਾਂ ਸਹੀ ਸਲਾਮਤ ਉੱਥੇ ਹੀ ਮੌਜੂਦ ਸੀ, ਕਿਉਂਕਿ ਉਹਨਾਂ ਦੀ ਰੱਖਿਆ ਇੱਕ ਬੱਬਰ ਸ਼ੇਰ ਕਰ ਰਿਹਾ ਸੀ। ਟੋਡਰਮੱਲ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਮਹਾਨ ਕਾਰਜ ਦੇ ਵਿੱਚ ਮੋਤੀ ਰਾਮ ਮਹਿਰਾ ਜੀ ਦਾ ਪਰਿਵਾਰ ਵੀ ਸ਼ਾਮਲ ਸੀ। ਉਹਨਾਂ ਨੇ ਤਿੰਨਾਂ ਦੀਆਂ ਦੇਹਾਂ ਨੂੰ ਸਤਿਕਾਰ ਨਾਲ ਚੁੱਕਿਆ ਤੇ ਨਾਲ ਹੀ ਵਹਿੰਦੀ ਹੰਸਲਾ ਨਦੀ ਦੇ ਵਿੱਚ ਤਿੰਨਾਂ ਦਾ ਇਸ਼ਨਾਨ ਕਰਵਾਇਆ ਗਿਆ। ਮਾਤਾ ਗੁਜਰੀ ਜੀ ਦੀ ਦੇਹ ਦਾ ਇਸ਼ਨਾਨ ਟੋਡਰਮੱਲ ਜੀ ਦੀ ਘਰਵਾਲੀ ਤੇ ਮੋਤੀ ਰਾਮ ਮਹਿਰਾ ਜੀ ਦੀ ਮਾਂ ਨੇ ਕੀਤਾ ਤੇ ਦੋਨੋਂ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਦੇਹਾਂ ਦਾ ਇਸ਼ਨਾਨ ਟੋਡਰਮੱਲ, ਨਾਗਰਮੱਲ ਤੇ ਮੋਤੀ ਰਾਮ ਮਹਿਰਾ ਜੀ ਨੇ ਮਿਲ ਕੇ ਕੀਤਾ। ਜਿਸ ਸਮੇਂ ਸਾਹਿਬਜ਼ਾਦਿਆਂ ਦੇ ਦੇਹਾਂ ਦਾ ਇਸ਼ਨਾਨ ਕਰਵਾਇਆ ਗਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸੀ, ਕਿਉਂਕਿ ਸਾਹਿਬਜ਼ਾਦਿਆਂ ਦੇ ਦੇਹਾਂ ਤੇ ਅਨੇਕ ਜ਼ਖਮ ਸੀ। ਜੀਵਾ ਕਰਨ ਕਰਕੇ ਉਹਨਾਂ ਦੇ ਦੇਹਾਂ 'ਚੋਂ ਹੱਦੋਂ ਵੱਧ ਲਹੂ ਨਿਕਲਿਆ ਸੀ ਤੇ ਉਹਨਾਂ ਦੀਆਂ ਦੇਹਾਂ ਲਹੂ ਦੇ ਨਾਲ ਲਥਪਥ ਸੀ। ਉਹ ਮੰਜ਼ਰ ਬਹੁਤ ਹੀ ਭਾਵੁਕ ਕਰਨ ਵਾਲਾ ਸੀ। ਉੱਪਰੋਂ ਸਾਹਿਬਜ਼ਾਦੇ ਦੇ ਦੇਹਾਂ ਨੂੰ ਇਸ਼ਨਾਨ ਕਰਨ ਤੇ ਸੰਸਕਾਰ ਕਰਨ ਲਈ ਕੋਈ ਵੀ ਅੱਗੇ ਨਹੀਂ ਸੀ ਆਇਆ। ਸਾਰੀ ਸਰਹੰਦ ਵਿੱਚ ਚੁੱਪ ਪਸਰੀ ਹੋਈ ਸੀ। ਦੀਵਾਨ ਟੋਡਰਮੱਲ, ਨਾਗਰਮੱਲ ਤੇ ਮੋਤੀ ਰਾਮ ਮਹਿਰਾ ਜੀ ਦਾ ਪਰਿਵਾਰ ਹੀ ਸੀ ਜਿਨ੍ਹਾਂ ਨੇ ਅੱਗੇ ਆ ਕੇ ਇਹ ਮਹਾਨ ਕਾਰਜ ਕੀਤਾ। ਹੋਰ ਕਿਸੇ ਵੀ ਸਰਹੰਦ ਨਿਵਾਸੀ ਨੇ ਉਹਨਾਂ ਦਾ ਸਾਥ ਨਹੀਂ ਸੀ ਦਿੱਤਾ, ਕਿਉਂਕਿ ਸਾਰਾ ਸਰਹੰਦ ਵਜ਼ੀਰ ਖਾਨ ਤੋਂ ਖੌਫ ਖਾ ਰਿਹਾ ਸੀ। ਜਿਸ ਸਥਾਨ ਤੇ ਹੰਸਲਾ ਨਦੀ ਦੇ ਕਿਨਾਰੇ ਜੰਗਲ ਦੇ ਵਿੱਚ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਦੀਆਂ ਲਾਸ਼ਾਂ ਨੂੰ ਸੁੱਟਿਆ ਗਿਆ ਸੀ, ਉਸ ਸਥਾਨ ਤੇ ਅੱਜ ਗੁਰਦੁਆਰਾ ਬੇਬਾਨਗੜ੍ਹ ਸਾਹਿਬ ਸੁਸ਼ੋਭਿਤ ਹੈ। ਕਿਉਂਕਿ ਇਸੇ ਸਥਾਨ ਤੋਂ ਇਹਨਾਂ ਪਵਿੱਤਰ ਪਾਵਨ ਦੇਹਾਂ ਦਾ ਇਸ਼ਨਾਨ ਕਰਨ ਤੋਂ ਬਾਅਦ ਬੇਬਾਨ ਦੇ ਵਿੱਚ ਪਾ ਕੇ ਗੁਰਦੁਆਰਾ ਜੋਤੀ ਸਰੂਪ ਵਾਲੇ ਸਥਾਨ ਤੇ ਲਿਜਾਇਆ ਗਿਆ ਸੀ। ਦੀਵਾਨ ਟੋਡਰਮੱਲ ਜੀ ਤੇ ਮੋਤੀ ਰਾਮ ਮਹਿਰਾ ਜੀ ਵੱਲੋਂ ਚੰਦਨ ਦੀ ਚਿਖਾ ਤਿਆਰ ਕੀਤੀ ਗਈ, ਜਿਸ ਉੱਤੇ ਵਿਚਕਾਰ ਮਾਤਾ ਗੁਜਰੀ ਜੀ ਨੂੰ ਲਟਾਇਆ ਗਿਆ ਤੇ ਉਹਨਾਂ ਦੇ ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ ਤੇ ਦੂਜੇ ਪਾਸੇ ਬਾਬਾ ਫਤਿਹ ਸਿੰਘ ਜੀ ਦੀ ਦੇਹ ਨੂੰ ਲਟਾਇਆ ਗਿਆ। ਉਹਨਾਂ ਦੇ ਦੇਹਾਂ ਦੇ ਉੱਤੇ ਦੇਸੀ ਘੀ ਪਾਇਆ ਗਿਆ ਤੇ ਫਿਰ ਉਹਨਾਂ ਦੇ ਦੇਹਾਂ ਨੂੰ ਦੀਵਾਨ ਟੋਡਰਮੱਲ ਜੀ ਵੱਲੋਂ ਅਗਨ ਭੇਟ ਕਰ ਦਿੱਤਾ ਗਿਆ। ਦੀਵਾਨ ਟੋਡਰਮੱਲ ਜੀ ਰੋਜ਼ ਕਿੰਨਾ ਕਿੰਨਾ ਸਮਾਂ ਉਸ ਸਥਾਨ ਤੇ ਆ ਕੇ ਵੈਰਾਗ ਦੇ ਵਿੱਚ ਰੋਂਦੇ ਰਹਿੰਦੇ ਤੇ ਸਿਮਰਨ ਕਰਦੇ ਰਹਿੰਦੇ। ਇਤਿਹਾਸਕਾਰਾਂ ਦੀ ਦੀਵਾਨ ਟੋਡਰਮੱਲ ਜੀ ਦੇ ਜੀਵਨ ਤੇ ਅਲੱਗ ਅਲੱਗ ਰਾਏ ਹੈ।
ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਦੀਵਾਨ ਟੋਡਰ ਮੱਲ ਜੀ ਨੇ ਆਪਣੀ ਸਾਰੀ ਜਮਾਂ ਪੂੰਜੀ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਦੇ ਵਿੱਚ ਲਗਾ ਦਿੱਤੀ ਸੀ। ਕੁਝ ਸਮਾਂ ਸਰਹੰਦ ਰਹਿਣ ਤੋਂ ਬਾਅਦ ਦੀਵਾਨ ਟੋਡਰ ਮੱਲ ਜੀ ਆਪਣੇ ਪਰਿਵਾਰ ਸਮੇਤ ਭਵਾਨੀਗੜ੍ਹ ਦੇ ਨਜ਼ਦੀਕ ਆਪਣੇ ਪਿੰਡ ਆਲੋਵਾਲ ਚਲੇ ਗਏ। ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਵਜ਼ੀਰ ਖਾਂ ਵੱਲੋਂ ਕੁਝ ਸਮੇਂ ਬਾਅਦ ਦੀਵਾਨ ਟੋਡਰ ਮੱਲ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਦੀਵਾਨ ਟੋਡਰ ਮੱਲ ਜੀ ਦੀ ਸ਼ਹਾਦਤ ਦਾ ਕੋਈ ਵੀ ਪ੍ਰਮਾਣ ਇਤਿਹਾਸ ਦੇ ਵਿੱਚ ਨਹੀਂ ਮਿਲਦਾ। ਹੁਣ ਅਸੀਂ ਗੱਲ ਕਰਦੇ ਹਾਂ ਮੋਤੀ ਰਾਮ ਮਹਿਰਾ ਜੀ ਦੇ ਇਤਿਹਾਸ ਦੀ, ਜਿਨ੍ਹਾਂ ਨੇ 10, 11 ਤੇ 12 ਪੋਹ ਤਿੰਨੋ ਦਿਨ ਠੰਡੇ ਬੁਰ ਦੇ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ। ਇਤਿਹਾਸ ਵਿੱਚ ਮਿਲਦਾ ਹੈ ਕਿ 5 ਪਿਆਰਿਆਂ ਚੋਂ 1 ਪਿਆਰੇ ਭਾਈ ਹਿੰਮਤ ਸਿੰਘ ਜੀ ਮੋਤੀ ਰਾਮ ਮਹਿਰਾ ਜੀ ਦੇ ਦੂਰ ਨੇੜੇ ਦੇ ਰਿਸ਼ਤੇ ਦੇ ਵਿੱਚੋਂ ਚਾਚਾ ਜੀ ਲੱਗਦੇ ਸੀ। ਉਹਨਾਂ ਦੇ ਪਰਿਵਾਰ ਵਿੱਚ 4 ਜੀ ਸੀ। ਉਹਨਾਂ ਦੀ ਪਤਨੀ ਬੀਬੀ ਭੋਲੀ, ਉਹਨਾਂ ਦਾ 7 ਸਾਲ ਦਾ ਪੁੱਤਰ ਨਰਾਇਣਾ ਤੇ ਉਹਨਾਂ ਦੀ ਮਾਤਾ ਬੀਬੀ ਲਾਦੋ ਜੀ। ਉਹਨਾਂ ਦਾ ਪਰਿਵਾਰ ਗੁਰੂ ਘਰ ਦਾ ਕਾਫੀ ਸਮੇਂ ਤੋਂ ਸ਼ਰਧਾਲੂ ਸੀ। ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਭਾਈ ਮੋਤੀ ਰਾਮ ਮਹਿਰਾ ਜੀ ਤੋਂ ਖਾਰ ਖਾਣ ਵਾਲੇ ਕਿਸੇ ਰਿਸ਼ਤੇਦਾਰ ਨੇ ਭਾਈ ਮੋਤੀ ਰਾਮ ਮਹਿਰਾ ਜੀ ਦੀ ਵਜ਼ੀਰ ਖਾਨ ਨੂੰ ਸ਼ਿਕਾਇਤ ਕਰ ਦਿੱਤੀ ਕਿ ਇਸ ਨੇ ਹਕੂਮਤ ਦੇ ਹੁਕਮ ਦੇ ਖਿਲਾਫ ਜਾ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਉਣ ਦਾ ਕੰਮ ਕੀਤਾ, ਜਿਸ ਕਰਕੇ ਭਾਈ ਮੋਤੀ ਰਾਮ ਮਹਿਰਾ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਈ ਮੋਤੀ ਰਾਮ ਮਹਿਰਾ ਜੀ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਅਜਿਹਾ ਕੀਤਾ ਏ, ਤਾਂ ਭਾਈ ਮੋਤੀ ਰਾਮ ਮਹਿਰਾ ਜੀ ਨੇ ਬਿਨਾਂ ਕਿਸੇ ਡਰ ਤੇ ਘਬਰਾਹਟ ਤੋਂ ਬੋਲਿਆ ਕਿ ਹਾਂ ਮੈਂ ਇਹ ਕੀਤਾ ਏ, ਕਿਉਂਕਿ ਉਹਨਾਂ ਨੂੰ ਆਪਣੇ ਕਿੱਤੇ ਤੇ ਕੋਈ ਵੀ ਪਛਤਾਵਾ ਨਹੀਂ ਸੀ, ਸਗੋਂ ਆਪਣੇ ਇਸ ਕਾਰਜ ਤੇ ਮਾਣ ਸੀ ਤੇ ਉਹਨਾਂ ਨੂੰ ਮੌਤ ਦਾ ਕੋਈ ਵੀ ਡਰ ਨਹੀਂ ਸੀ। ਉਹਨਾਂ ਸਮਿਆਂ ਦੇ ਵਿੱਚ ਸਰਹੰਦ ਦੇ ਵਿੱਚ ਇੱਕ ਤੇਲੀ ਬਾਜ਼ਾਰ ਹੁੰਦਾ ਸੀ, ਜਿਸ ਦੇ ਵਿੱਚ ਤੇਲ ਕੱਢਣ ਲਈ ਵੱਡੇ ਵੱਡੇ ਕੋਹਲੂ ਲੱਗੇ ਹੋਏ ਸੀ। ਭਾਈ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਉੱਥੇ ਲਿਜਾਇਆ ਗਿਆ। ਮੋਤੀ ਰਾਮ ਮਹਿਰਾ ਜੀ ਨੂੰ ਕਿਹਾ ਗਿਆ ਕਿ ਜੇ ਤੂੰ ਤੇ ਤੇਰਾ ਪਰਿਵਾਰ ਇਸਲਾਮ ਧਰਮ ਕਬੂਲ ਕਰ ਲੈਂਦਾ ਏ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਖਸ਼ ਦਿੱਤਾ ਜਾਏਗਾ, ਨਹੀਂ ਤਾਂ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਪਰਿਵਾਰ ਨੂੰ ਤੇ ਫਿਰ ਤੈਨੂੰ ਇਸ ਕੋਹਲੂ ਦੇ ਵਿੱਚ ਪੀਸ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਪਰ ਭਾਈ ਮੋਤੀ ਰਾਮ ਮਹਿਰਾ ਜੀ ਨੇ ਇਸਲਾਮ ਧਰਮ ਕਬੂਲਣ ਤੋਂ ਸਾਫ ਸਾਫ ਇਨਕਾਰ ਕਰ ਦਿੱਤਾ ਤੇ ਮੌਤ ਨੂੰ ਪ੍ਰਵਾਨ ਕੀਤਾ। ਸਭ ਤੋਂ ਪਹਿਲਾਂ ਭਾਈ ਮੋਤੀ ਰਾਮ ਮਹਿਰਾ ਜੀ ਦੇ 7 ਸਾਲ ਦੇ ਪੁੱਤਰ ਨਰਾਇਣੇ ਨੂੰ ਪੈਰਾਂ ਵਾਲੇ ਪਾਸਿਓਂ ਕੋਹਲੂ ਦੇ ਵਿੱਚ ਪਾਇਆ ਗਿਆ ਤੇ ਕੋਹਲੂ ਨੂੰ ਗੇੜਨਾ ਸ਼ੁਰੂ ਕੀਤਾ। ਪੁੱਤਰ ਨਰਾਇਣੇ ਤੋਂ ਬਾਅਦ ਉਹਨਾਂ ਦੀ ਮਾਤਾ ਤੇ ਫਿਰ ਉਹਨਾਂ ਦੀ ਘਰਵਾਲੀ ਨੂੰ ਕੋਹਲੂ ਦੇ ਵਿੱਚ ਪਾਇਆ ਗਿਆ। ਇਸ ਤਰ੍ਹਾਂ ਇੱਕ ਇੱਕ ਕਰਕੇ ਇਹਨਾਂ ਤਿੰਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸਭ ਪਾਸੇ ਖੂਨ ਹੀ ਖੂਨ ਪਿਆ ਸੀ। ਕੋਹਲੂ ਦੇ ਨੀਚੇ ਭਾਈ ਮੋਤੀ ਰਾਮ ਮਹਿਰਾ ਜੀ ਦੇ ਪੁੱਤਰ ਨਰਾਇਣੇ, ਘਰਵਾਲੀ ਤੇ ਮਾਤਾ ਜੀ ਦੇ ਮਾਸ ਦੀ ਮਿੱਝ ਇਕੱਠੀ ਹੋਈ ਹੋਈ ਸੀ। ਉਹ ਮੰਜ਼ਰ ਬਹੁਤ ਹੀ ਭਿਆਨਕ ਸੀ। ਅਖੀਰ ਦੇ ਵਿੱਚ ਕਈ ਵਾਰ ਇਸਲਾਮ ਧਰਮ ਕਬੂਲਣ ਦਾ ਕਹਿਣ ਤੋਂ ਬਾਅਦ ਭਾਈ ਮੋਤੀ ਰਾਮ ਮਹਿਰਾ ਜੀ ਦੇ ਮਨਾ ਕਰਨ ਤੇ ਉਹਨਾਂ ਨੂੰ ਵੀ ਕੋਹਲੂ ਦੇ ਵਿੱਚ ਪਾ ਕੇ ਪੀ ਕੇ ਸ਼ਹੀਦ ਕਰ ਦਿੱਤਾ ਗਿਆ। ਜਿਨ੍ਹਾਂ ਗਲਾਸਾਂ ਦੇ ਵਿੱਚ ਭਾਈ ਮੋਤੀ ਰਾਮ ਮਹਿਰਾ ਜੀ ਵੱਲੋਂ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਗਿਆ ਸੀ, ਉਹ ਗਲਾਸ ਅੱਜ ਵੀ ਭਾਈ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਬਣੇ ਗੁਰੂ ਘਰ ਦੇ ਵਿੱਚ, ਜੋ ਕਿ ਫਤਿਹਗੜ੍ਹ ਸਾਹਿਬ ਤੋਂ ਮੋਰਿੰਡਾ ਵੱਲ ਜਾਂਦੇ ਰਸਤੇ ਦੇ ਵਿੱਚ ਸਥਿਤ ਆ, ਉਸ ਸਥਾਨ ਤੇ ਮੌਜੂਦ ਨੇ। ਇਹ ਸੀ ਭਾਈ ਮੋਤੀ ਰਾਮ ਮਹਿਰਾ ਜੀ ਤੇ ਦੀਵਾਨ ਟੋਡਰ ਮੱਲ ਜੀ ਦੀ ਸਿੱਖ ਕੌਮ ਨੂੰ ਵੱਡਮੁੱਲੀ ਦੇਣ ਤੇ ਉਹਨਾਂ ਦਾ ਇਤਿਹਾਸ।
ਇਤਿਹਾਸ ਦੀ ਸਾਂਝ ਪਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਖਿਮਾ ਦੇ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਫਰ ਸ਼ਹਾਦਤ।